ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨ ਜੋਲਾ ਨਾਲ ਧੰਨਵਾਦ ਜੀ, ਤੁਸੀਂ ਸਾਡੇ ਘਰੇ ਆਏ ਜੀ ਆਇਆਂ ਨੂੰ। ਹਾਂਜੀ, ਆਹ ਮੇਰਾ ਆਈਡੀਆ ਸੀਗਾ। ਮੇਰੇ ਤੇ ਪਾਪਾ ਦੀ ਗੱਲ ਚੱਲਦੀ ਸੀਗੀ ਕਿ ਕਈ ਲੋਕਾਂ ਨੇ ਆਪਣੀ ਕੋਠੀਆਂ ਦੇ ਉੱਤੇ ਬਾਜ ਬਣਾਇਆ, ਕਈਆਂ ਨੇ ਜਹਾਜ਼ ਬਣਾਇਆ ਤੇ ਕਈਆਂ ਨੇ ਕਿੰਨਾ ਕੁਛ ਬਣਾਇਆ, ਬਟ ਅਸੀਂ ਕੁਛ ਲੋਕਾਂ ਤੋਂ ਵੱਖਰਾ ਬਣਾਉਣਾ ਸੀਗਾ। ਫਿਰ ਬਾਅਦ ਚ ਮੈਂ ਪਾਪਾ ਨੂੰ ਕਿਹਾ, ਪਾਪਾ ਸਟੈਚੂ ਆਫ ਲਿਬਰਟੀ ਬਣਾ ਲੈ, ਤੇ ਨਾਲ ਪਾਪਾ ਨੇ ਮੇਰੀ ਗੱਲ ਇੱਕ ਵਾਰ ਚ ਮੰਨ ਲਈ। ਆਹ ਦੇਖੋ ਸਟੈਚੂ ਆਫ ਲਿਬਰਟੀ। ਸਥਾਨਕ ਕਸਬੇ ਦੀ ਪੱਤੀ ਧੁਨੀਕੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪੜ੍ਹਾਈ ਵਿੱਚ ਹੁਸ਼ਿਆਰ ਨੰਨੀ ਬੇਟੀ ਦਾ ਸੁਪਨਾ ਪੂਰਾ ਕਰਨ ਦੇ ਲਈ ਘਰ ਦੀ ਛੱਤ ਉੱਪਰ ਬਣਾਇਆ ਗਿਆ ਵਾਡਾਕਾਰੀ ਸਟੈਚੂ ਆਫ ਲਿਬਰਟੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਕਸਬੇ ਦੀ ਨਾਮਵਰ ਸ਼ਖਸੀਅਤ ਗੋਪੀ ਜੌਲ ਦਾ ਕਹਿਣਾ ਹੈ ਕਿ ਬੇਟੀ ਦੀ ਮੰਗ ਤੇ ਨਵੇਂ ਬਣਾਏ ਘਰ ਦੀ ਛੱਤ ਉੱਪਰ 12 ਫੁੱਟ ਉੱਚਾ ਸਟੈਚੂ ਆਫ ਲਿਬਰਟੀ ਬਣਾਇਆ ਗਿਆ ਹੈ, ਜਿਸ ਤੇ ਲਗਭਗ 1.25 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਸਟੈਚੂ ਦੀ ਪੂਰੀ ਬਾਡੀ ਵਿੱਚ ਲਾਈਟ ਸਿਸਟਮ ਲਗਾਇਆ ਗਿਆ ਹੈ ਤਾਂ ਜੋ ਦੂਰੋਂ ਦੇਖਣ ਤੇ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਵੱਖ ਵੱਖ ਸਟੈਚੂ ਮੂਰਤੀਆਂ ਬਣਾਉਣ ਲਈ ਇੱਕ ਫਰਮ ਚਲਾ ਰਹੇ ਪ੍ਰਸਿੱਧ ਜੰਡਿਆਲਾ ਵਾਸੀ ਸੋਨੂ ਹੋਰਾਂ ਵੱਲੋਂ ਇਸ ਸਟੈਚੂ ਨੂੰ ਹੋਰ ਵੀ ਵਧੀਆ ਦਿੱਖ ਪ੍ਰਦਾਨ ਕੀਤੀ ਗਈ। ਬੇਟੀ ਹਰਮਨ ਜੌਲ ਦਾ ਕਹਿਣਾ ਹੈ ਕਿ ਉਸਨੇ ਆਪਣੇ ਪਾਪਾ ਨੂੰ ਆਪਣੇ ਦਿਲ ਦੀ ਗੱਲ ਦੱਸੀ ਤਾਂ ਉਹਨਾਂ ਉਸ ਦੀ ਇਹ ਮੰਗ ਨੂੰ ਤੁਰੰਤ ਪੂਰਾ ਕਰ ਦਿੱਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਜੀ। ਇਹ ਸਾਡਾ ਜੀ ਜੰਡਿਆਲਾ ਮੰਜਕੀ ਪਿੰਡ ਆ, ਜੰਡਿਆਲਾ ਮੰਜਕੀ ਆ ਤੇ ਦੁਆਬੇ ਦਾ ਜੀ ਬਹੁਤ ਵੱਡਾ ਪਿੰਡ ਆ। ਇਹ ਆਈਡੀਆ ਜੀ ਇੱਦਾਂ, ਚਲੋ ਇਹ ਸਟੈਚੂ ਆਫ ਲਿਬਰਟੀ ਅਮੈਰੀਕਾ ਵਿੱਚ ਆ ਨਾ ਜਿੱਦਾਂ, ਅਤੇ ਉੱਥੇ ਹੁਣ ਮੈਂ ਤਾਂ ਜਾਇਆ, ਚਲੋ ਮੇਰੀ ਬੇਟੀ ਦੀ ਨਹੀਂ ਗਈ ਹਾਲੇ। ਇਹਦੀ ਇੱਕ ਚੁਆਇਸ ਸੀ ਕਿ ਜਦੋਂ ਆਪਾਂ ਨਵਾਂ ਘਰ ਬਣਾਉਣਾ ਆ ਤਾਂ ਉੱਤੇ ਆਪਾਂ ਕੋਈ ਇੱਕ ਵੱਖਰੀ ਜਿਹੀ ਚੀਜ਼ ਲਈ ਬਣਾਉਣੀ ਆ ਕਿ ਜਿਹੜਾ ਸਾਰਿਆਂ ਨੂੰ ਇੱਕ ਖਿੱਚ ਦਾ ਦਰ ਬਣੇ, ਹੈ ਨਾ ਕੇਂਦਰ। ਅਤੇ ਉਹਦੇ ਕਰਕੇ ਫਿਰ ਅਸੀਂ ਸੋਚਿਆ, ਅਤੇ ਇਹਨੇ ਮੇਰੀ ਗੁੱਡੀ ਨੇ ਸੋਚਿਆ ਕਿ ਇਹਨੇ ਆਪਣੇ ਦੇਖਿਆ ਕਿਤੇ ਨੈੱਟ 'ਤੇ ਜਾਂ ਵਗੈਰਾ, ਅਤੇ ਇਹਨੇ ਸਟੈਚੂ ਆਫ ਲਿਬਰਟੀ ਦੀ ਦੇਖਿਆ, ਤਾਂ ਅਸੀਂ ਫਿਰ ਉਹ ਸਾਡੇ ਪਿੰਡ ਤੋਂ ਹੀ ਆ, ਇੱਥੇ ਭਾਅ ਜੀ ਸੋਨੂ ਹੋਣੇ ਆ, ਉਹ ਜੰਡਿਆਲੇ ਮੰਜਕੀ ਦੇ ਹੀ ਆ, ਜਿੰਨੀਆਂ ਵੀ ਆ ਸਟੈਚੂ ਬਣਾਉਂਦੇ ਆ ਉਹ ਹੀ ਬਣਾਉਂਦੇ ਆ। ਤਾਂ ਉਹਨੂੰ ਸੱਦਿਆ ਅਤੇ ਉਹਨੇ ਫਿਰ ਸਾਨੂੰ ਸਲਾਹ ਦਿੱਤੀ ਕਿ ਇਹ ਬਣ ਸਕਦਾ, 12 ਫੁੱਟ ਉੱਚਾ ਆ ਇਹ ਜੀ, ਅਤੇ ਰਾਤ ਨੂੰ ਲਾਈਟਾਂ ਵਗੈਰਾ ਜਗਦੀਆਂ ਆ, ਦੂਰੋਂ ਦੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ। ਦੂਰੋਂ ਦੂਰੋਂ ਸਾਡੇ ਬਹੁਤ ਯਾਰ ਦੋਸਤ ਦੇਖਣ ਵੀ ਆਉਂਦੇ ਆ, ਤਾਂ ਬਾਕੀ ਤੁਹਾਡੇ ਸਾਹਮਣੇ ਆ, ਬਹੁਤ ਸੋਹਣਾ ਮਹਿਸੂਸ ਹੁੰਦਾ ਆ ਜੀ। ਉਹ ਤਾਂ ਕਰਕੇ ਫਿਰ ਜਿੱਦਾਂ ਹੁਣ ਸਪੈਸ਼ਲ ਜਦੋਂ ਕੋਈ ਚੱਲ ਕੇ ਇੱਥੇ ਜੰਡਿਆਲੇ ਆਉਂਦਾ ਆ ਤਾਂ ਪੁੱਛਦਾ ਪਹਿਲਾਂ ਤਾਂ ਕਿ ਸਾਡੇ ਤਾਂ ਘਰ ਦੀ ਇੱਕ ਪਛਾਣ ਵੀ ਬਣ ਗਈ ਆ ਕਿ ਸਟੈਚੂ ਵਾਲੀ ਕੋਠੀ। ਅਤੇ ਫਿਰ ਉਹ ਜਦੋਂ ਦੇਖਣ ਆਉਂਦੇ ਆ, ਪਹਿਲਾਂ ਆਉਂਦੇ ਆ, ਫਿਰ ਕੋਈ ਤਾਂ ਜਾਣਦਾ ਹੁੰਦਾ, ਕੋਈ ਭਰਾ ਨਹੀਂ ਵੀ ਕਈ ਵਾਰ ਜਾਣਦਾ ਹੁੰਦਾ, ਅਗਲਾ ਫਿਰ ਪੁੱਛ ਕੇ ਉੱਥੇ ਸਪੈਸ਼ਲ ਆ ਕੇ ਕਿ ਫੋਟੋ ਕਰਾਉਣੀ ਆਉਂਦੇ ਆ। ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਦੁਆਬੇ ਵਿੱਚ ਜੀ। ਹਾਂ, ਸਾਡੇ ਲਾਗੇ ਇੱਕ ਪਿੰਡ ਆ, ਉੱਥੇ ਬਜੂਆ ਖੁਰਦ ਉੱਥੇ ਆ ਇੱਕ ਬਣੀ ਇਹ, ਤਾਂ ਬਾਕੀ ਤਾਂ ਇੱਕ ਉੱਧਰ ਅੰਮ੍ਰਿਤਸਰ ਏਰੀਏ 'ਚ ਤੂੰ ਉਹ ਵੀ ਇੱਕ ਯੂਟਿਊਬ 'ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਆ, ਉਹ ਕੁਛ ਵੱਖਰੀ ਹੋਰ ਤਰ੍ਹਾਂ ਬਣੀ ਆ, ਇਹ ਸਪੈਸ਼ਲ ਕੁਛ ਹੋਰ ਤਰ੍ਹਾਂ ਬਣਾਈ ਆ। ਇਹਦੇ ਵਿੱਚ ਲਾਈਟ ਵੀ ਜਗਦੀ ਆ, ਇਹਦੇ ਜਿਹੜਾ ਹੈੱਡ 'ਤੇ ਉਹਦਾ ਕਰੋਨ ਬਣਿਆ ਨਾ ਉਹਦੇ ਵਿੱਚ ਵੀ ਲਾਈਟ ਜਗਦੀ ਆ, ਉਹ ਜਿਹੜੀ ਹੱਥ ਵਿੱਚ ਮਸ਼ਾਲ ਆ ਉਹਦੇ ਵਿੱਚ ਵੀ ਲਾਈਟਿੰਗ ਦਾ ਵਧੀਆ ਪ੍ਰਬੰਧ ਆ, ਸਾਰੀ ਇਹਦੇ ਸਟਰਕਚਰ 'ਤੇ ਲਾਈਟ ਪੈਂਦੀ ਰਾਤ ਨੂੰ, ਬਹੁਤ ਜ਼ਿਆਦਾ ਸੋਹਣੀ ਲੱਗਦੀ। ਬਾਕੀ ਜਿਹੜੀਆਂ ਲੱਗੀਆਂ ਆ ਤੁਸੀਂ ਚੈੱਕ ਕਰ ਸਕਦੇ, ਉਹ ਕਿਸੇ 'ਤੇ ਵੀ ਲਾਈਟ ਦਾ ਕੋਈ ਦਾ ਸਿਸਟਮ ਹੈ ਨੀਗਾ। ਇਹ ਟਾਈਮ ਤਾਂ ਜੀ ਲੱਗ ਜਾਂਦਾ ਆ ਕਰੀਬ 1 ਮਹੀਨੇ ਵਿੱਚ, ਇੱਥੇ ਉੱਪਰ ਲਿਆ ਕੇ ਹੀ ਇਹ ਤਿਆਰ ਕਰਦੇ ਆ ਜਿੱਥੇ ਕਿਤੇ। ਅਤੇ ਬਾਕੀ ਰਹੀ ਗੱਲ ਖਰਚੇ ਦੀ, ਖਰਚਾ ਤਾਂ ਜੀ ਐਵੇਂ ਲੋਕ ਝੂਠ ਬੋਲੀ ਜਾਂਦੇ ਆ, 3 ਲੱਖ ਲੱਗਦਾ, 4 ਲੱਖ ਲੱਗਦਾ, ਕੁਛ ਨਹੀਂ ਜੀ, 1 ਲੱਖ ਰੁਪਈਏ 'ਚ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਇਹ। ਹਾਂਜੀ, ਜੇ ਕਿਸੇ ਨੇ ਕਰਾਉਣੀ ਵੀ, ਉਹ ਸਾਡਾ ਪਿੰਡ ਜੰਡਿਆਲਾ ਸਪੈਸ਼ਲ, ਇੱਥੇ ਮੁੰਡੇ ਬਹੁਤ ਵਧੀਆ ਸਟੈਚੂ ਬਣਾਉਂਦੇ ਆ ਸਾਡੇ ਜੰਡਿਆਲੇ, ਟੈਂਕ ਬਾਜ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣੀਆਂ ਆ, ਸਪੈਸ਼ਲ ਆ ਕੇ ਦੇਖ ਸਕਦੇ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨ ਜੌਲਾ,
ਨਾਲ ਧੰਨਵਾਦ ਜੀ ਤੁਸੀਂ ਸਾਡੇ ਘਰ ਆਏ ਜੀ ਆਇਆਂ ਨੂੰ। ਤੁਸੀਂ ਨਵੀਂ ਕੋਠੀ ਬਣਾਈ ਉਹਦੇ ਤੇ ਸਟੈਚੂ ਆਫ ਲਿਬਰਟੀ ਬਣਾਇਆ, ਕਿੱਥੋਂ ਆਈਡੀਆ ਆਇਆ? ਹਾਂਜੀ ਆ ਮੇਰਾ ਆਈਡੀਆ ਸੀਗਾ, ਮੇਰੇ ਤੇ ਪਾਪਾ ਦੀ ਗੱਲ ਚੱਲਦੀ ਸੀਗੀ ਕਿ ਕਈ ਲੋਕਾਂ ਨੇ ਆਪਣੀ ਕੋਠੀਆਂ ਦੇ ਉੱਤੇ ਬਾਜ ਬਣਾਇਆ, ਕਈਆਂ ਨੇ ਜਹਾਜ਼ ਬਣਾਇਆ ਅਤੇ ਕਈਆਂ ਨੇ ਕਿੰਨਾ ਕੁਛ ਬਣਾਇਆ, ਬਟ ਅਸੀਂ ਕੁਛ ਲੋਕਾਂ ਤੋਂ ਵੱਖਰਾ ਬਣਾਉਣਾ ਸੀਗਾ। ਤਾਂ ਫਿਰ ਮੇਰਾ ਤਾਂ ਡ੍ਰੀਮ ਸੀਗਾ ਕਿ ਸਟੈਚੂ ਆਫ ਲਿਬਰਟੀ ਬਣਾਉਣਾ ਆ। ਫਿਰ ਬਾਅਦ 'ਚ ਮੈਂ ਪਾਪਾ ਨੂੰ ਕਿਹਾ, ਪਾਪਾ ਸਟੈਚੂ ਆਫ ਲਿਬਰਟੀ ਬਣਾ ਲਿਆ, ਅਤੇ ਨਾਲ ਪਾਪਾ ਨੇ ਮੇਰੀ ਗੱਲ ਇੱਕ ਵਾਰ 'ਚ ਮੰਨ ਲਈ। ਆਹ ਦੇਖੋ ਸਟੈਚੂ ਆਫ ਲਿਬਰਟੀ। ਤੁਸੀਂ ਆਹ ਕੋਠੇ ਦੇ ਉੱਤੇ ਇੱਕ ਸਟੈਚੂ ਬਣਾਇਆ, ਕੀ ਹੈਗਾ ਇਹ? ਆਹ ਸਟੈਚੂ ਆਫ ਲਿਬਰਟੀ ਆ ਜੀ, ਨਾਲ ਆਹ ਮੇਰੀ ਚੋਇਸ ਆ, ਬਿਕੋਜ਼ ਸਾਡੀ ਅਸੀਂ ਨਵੀਂ ਕੋਠੀ ਬਣਾਉਂਦੇ ਸੀਗੇ ਅਤੇ ਨਾਲ ਫਿਰ ਬਾਅਦ 'ਚ ਮੇਰੀ ਸਟੱਡੀਜ਼ ਵੀ ਚੱਲਦੀਆਂ ਸੀਗੀਆਂ, ਮੈਂ USA ਜਾ ਨਹੀਂ ਸਕਦੀ ਸੀਗੀ, ਇਸ ਕਰਕੇ ਫਿਰ ਮੇਰੇ ਦਿਮਾਗ 'ਚ ਆਈਡੀਆ ਹੈ ਕਿ ਅਸੀਂ ਕੋਠੀ ਦਾ ਬਣਾਉਣੇ ਪਏ ਹਾਂ, ਉਹਦੇ ਉੱਤੇ ਅਸੀਂ ਸਟੈਚੂ ਆਫ ਲਿਬਰਟੀ ਬਣਾ ਲੈਂਦੇ ਹਾਂ। ਫਿਰ ਇਸ ਗੱਲ ਤੋਂ ਅਸੀਂ ਸਟੈਚੂ ਆਫ ਲਿਬਰਟੀ ਬਣਾ ਲਿਆ ਉਹਦੇ ਕੋਠੀ ਉੱਤੇ। ਫਿਰ ਹੁਣ ਸਾਰੇ ਮੈਂ ਨਾਲ ਕਿਹਾ, ਪਾਪਾ ਉਹਦੀ ਇੱਦਾਂ ਹੀ ਡੈਕੋਰੇਸ਼ਨ ਕਰਨੀ ਹੈ ਜਿਹੜੇ ਸਾਰੇ ਲੋਕ ਕਹੇ ਵਾਓ ਇਟਸ ਸੋ ਬ੍ਰਿਲੀਅੰਟਲੀ ਔਸਮ, ਅਸੀਂ ਤਾਂ ਇਹਨਾਂ ਦੇ ਘਰ ਆ ਕੇ ਹੀ ਫੋਟੋਜ਼ ਖਿਚਾਉਣੀਆਂ ਸਟੈਚੂ ਆਫ ਲਿਬਰਟੀ ਦਾ। ਫਿਰ ਇਹ ਦਿਮਾਗ 'ਚ ਆਈਡੀਆ ਕਿ ਅਸੀਂ ਕੋਠੀ ਦੇ ਉੱਤੇ ਸਟੈਚੂ ਆਫ ਲਿਬਰਟੀ ਬਣਾ ਲਿਆ। ਫਿਰ ਬਾਅਦ 'ਚੋਂ ਬਸ ਇਹ ਮੇਰਾ ਡ੍ਰੀਮ ਸੀਗਾ। ਧੰਨਵਾਦ ਜੀ। ਜਿਵੇਂ ਹੁਣ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ, ਕਿਵੇਂ ਦਾ ਮਹਿਸੂਸ ਹੁੰਦਾ ਆ? ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਜਦੋਂ ਕੋਈ ਲੋਕ ਆਉਂਦਾ ਆ ਨਾਲ ਦੇਖਣ ਲਈ ਬਹੁਤ ਵਧੀਆ ਮਹਿਸੂਸ ਹੁੰਦਾ, ਨਾਲ ਨਵੇਂ ਨਵੇਂ ਲੋਕਾਂ ਨਾਲ ਮਿਲਣਾ ਹੁੰਦਾ ਆ ਅਸੀਂ, ਤਾਂ ਉਸ ਕਰਕੇ ਬਹੁਤ ਵਧੀਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।